ਗੁਰੂ ਸਵਾਰੀ ਗੁਰੂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਿੰਘ ਸਹਿਬਾਨਾਂ ਦੀ ਅਗਵਾਈ ਦੇ ਵਿੱਚ ਆਪ ਸੰਗਤਾਂ ਜੁੜ ਬੈਠੇ ਹੋ। ਸਾਰੀ ਸੰਗਤ ਫਤਿਹ ਪ੍ਰਵਾਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਜਿਵੇਂ ਆਪ ਜੀ ਨੇ ਭਾਈ ਜਸਕਰਨ ਸਿੰਘ ਜੀ ਪਾਸੋਂ ਸੁਣੀ ਲਿਆ ਕੇ ਰਾਜਸਥਾਨ ਤੋਂ ਸੰਗਤਾਂ ਚੱਲ ਕੇ ਆਈਆਂ, ਬਹੁਤ ਸਾਰੀਆਂ ਸੰਗਤਾਂ ਪਹਿਲਾਂ ਵੀ ਹਾਜ਼ਰੀ ਭਰ ਗਈਆਂ ਨੂੰ। ਸੋ ਬਾਕੀ ਸਿੰਘ ਸਾਹਿਬਾਨ ਸਾਡੇ ਜੋ ਕਿ ਰਾਜਸਥਾਨ ਤੋਂ ਪੂਰੀ ਤਰ੍ਹਾਂ ਵਾਕਫ ਹਨ, ਭਾਈ ਧਿਆਨ ਸਿੰਘ ਜੀ ਮੰਡ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਭਾਈ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ, ਜਿਨ੍ਹਾਂ ਨੇ ਝੂਠੇ ਸੌਦੇ ਵਾਲੇ ਦੇ ਸੰਬੰਧ ਵਿੱਚ ਬੜਾ ਸਾਡਾ ਉੱਥੇ ਯੋਗਦਾਨ ਦਿੱਤਾ ਹੈ, ਅੱਜ ਵੀ ਸਾਡੇ ਨਾਲ ਨੇ। ਬੁੱਧਰਾਲੀਏ ਦਾ ਬਹੁਤ ਵੱਡਾ ਡੇਰਾ ਹੈ ਜਿੱਥੇ ਕਿ ਅਸੀਂ ਇਹਨੂੰ ਵੜਨ ਨਹੀਂ ਦਿੱਤਾ, ਇਹਨਾਂ ਦੇ ਸਹਿਯੋਗ ਦੇ ਸਦਕਾ। ਸਾਧ ਸੰਗਤ, ਸਮਾਂ ਥੋੜ੍ਹਾ ਹੈ, ਸਮੇਂ ਦੀ ਕਦਰ ਕਰੀਏ। ਇੱਕ ਗੱਲ ਚੇਤੇ ਰੱਖਿਓ ਸਾਧ ਸੰਗਤ, ਗੁਰੂ ਸਾਹਿਬ ਦੀ ਬੇਅਦਬੀ ਕਿਉਂ ਹੋ ਰਹੀ ਹੈ? ਆਪਾਂ ਪਿੱਛੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾ ਚੁੱਕੇ ਹਾਂ। ਗੁਰੂ ਪਾਤਸ਼ਾਹ ਨੂੰ ਸ਼ਹਾਦਤ ਕਿਉਂ ਦੇਣੀ ਪਈ? ਸਾਧ ਸੰਗਤ, ਕਿਉਂਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਸਾਨੂੰ ਐਸਾ ਸੱਚ ਬਖਸ਼ਿਸ਼ ਕੀਤਾ, ਐਸੇ ਰੱਬ ਦੀ ਬਖਸ਼ਿਸ਼ ਕੀਤੀ ਜਿਹਨੇ ਰਹਿੰਦੀ ਦੁਨੀਆ ਤੱਕ ਸਾਡੀ ਅਗਵਾਈ ਕਰਨੀ ਹੈ। ਉਸ ਕਾਰਨ, ਉਸ ਸੱਚ ਦੇ ਕਾਰਨ, ਉਸ ਗੁਰਬਾਣੀ ਦੇ ਕਾਰਨ ਗੁਰੂ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਹਿਣਾ ਪਿਆ। ਅੱਜ ਵੀ ਇਹ ਸਾਧ ਸੰਗਤ ਕੋਈ ਆਮ ਲੋਕਾਂ ਦਾ ਜਾਂ ਆਪਾਂ ਕਹਿ ਲਈਏ ਕਿਸੇ ਦੀ ਸ਼ਰਾਰਤ ਜਾਂ ਉਹ ਗੱਲ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੇ ਜਿਹੜੇ ਇਹ ਹਮਲੇ ਹੋ ਰਹੇ ਹੈ, ਇਹਦਾ ਕਾਰਨ ਇਹੀ ਹੈ ਕਿ ਇਹ ਜਿਹੜਾ ਸੱਚ ਹੈ, ਇਹ ਅੱਜ ਸਾਡੀਆਂ ਸੰਗਤਾਂ, ਗੁਰੂ ਪਿਆਰੇ ਗੁਰਸਿੱਖ ਇਹ ਪੜ੍ਹਨਾ ਸ਼ੁਰੂ ਹੋ ਗਏ ਹੈ। ਪਹਿਲਾਂ ਤਾਂ ਸਿਰਫ ਕੋਤਰੀਆਂ ਕਰਵਾਈਆਂ, ਪਾਠ ਕਰਵਾਏ ਅਸੀਂ, ਕਰਾਉਣ ਤੇ ਲੱਗੇ ਰਹੇ, ਪਰ ਅੱਜ ਪੜ੍ਹਨਾ ਸ਼ੁਰੂ ਕਰ ਦਿੱਤਾ ਸਿੱਖਾਂ ਨੇ, ਗੁਰੂ ਦੇ ਪਿਆਰਿਆਂ ਨੇ। ਔਰ ਅੱਜ ਉਹਨਾਂ ਲੋਕਾਂ ਨੂੰ ਭਾਜਣਾ ਪਈਆਂ ਜਿਹੜੇ ਝੂਠ ਦਾ ਪ੍ਰਚਾਰ ਕਰਦੇ ਜਾਂ ਝੂਠ ਦੀਆਂ ਦੁਕਾਨਾਂ ਖੋਲੀ ਬੈਠੇ, ਝੂਠੇ ਡੇਰਿਆਂ ਵਾਲੇ ਸਾਡੇ ਆਲੇ ਦੁਆਲੇ ਬੈਠੇ ਆ, ਉਹਨਾਂ ਨੂੰ ਸਾਧ ਸੰਗਤ ਭਾਜਣਾ ਪਈਆਂ। ਤੇ ਉਹ ਲੋਕ ਸੋਚਦੇ ਆ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਸ਼ਾਇਦ ਸਿੱਖਾਂ ਨੂੰ ਇਸ ਪਾਸੋਂ ਆਪਾਂ ਮੋੜ ਲਈਏ ਜਾਂ ਤੋੜ ਲਈਏ, ਉਹਨਾਂ ਦਾ ਵਹਿਮ ਹੈ। ਸੋ ਸਾਧ ਸੰਗਤ, ਸਮਾਂ ਇਜਾਜ਼ਤ ਨਹੀਂ ਦਿੰਦਾ। ਜਿਵੇਂ ਸਿੰਘ ਸਾਹਿਬ ਨੇ ਕਿਹਾ, ਰਾਜਸਥਾਨ ਦੀ ਜਿਹੜੀ ਸੰਗਤ ਹੈ, ਸਾਧ ਸੰਗਤ ਮੋਢੇ ਨਾਲ ਮੋਢਾ ਜੋੜ ਕੇ ਇਸ ਸਾਧ ਸੰਗਤ ਧਰਨੇ ਦੇ ਨਾਲ, ਇਸ ਰੋਸ ਧਰਨੇ ਦੇ ਨਾਲ ਅਸੀਂ ਹਰ ਵੇਲੇ ਤਿਆਰ ਹਾਂ। ਚੜ੍ਹਦੀ ਕਲਾ ਦੇ ਵਿੱਚ ਸਿੰਘ ਸੰਗਤਾਂ ਦੇ ਸਹਿਯੋਗ ਦੇ ਨਾਲ ਉੱਧਰ ਵੀ ਬੜੀਆਂ ਲਹਿਰਾਂ ਚੱਲ ਰਹੀਆਂ, ਬੜੀ ਚੜ੍ਹਦੀ ਕਲਾ ਦੇ ਵਿੱਚ ਸੇਵਾ ਹੋ ਰਹੀ ਹੈ। ਸੋ ਹੋਰ ਵੀ ਅਸੀਂ ਸੰਗਤਾਂ, ਸਾਧ ਸੰਗਤ, ਜਿੰਨਾ ਚਿਰ ਸਾਨੂੰ ਕੋਈ ਇਨਸਾਫ਼ ਨਹੀਂ ਮਿਲਦਾ, ਰਾਜਸਥਾਨ ਤੇ ਵੱਧ ਤੋਂ ਵੱਧ ਜਾ ਕੇ ਅਸੀਂ ਪ੍ਰਚਾਰ ਕਰਨਾ ਤੇ ਵੱਧ ਤੋਂ ਵੱਧ ਸੰਗਤਾਂ ਅਸੀਂ ਇੱਥੇ ਹਾਜ਼ਰੀਆਂ ਭਰਨੀਆਂ। ਸੋ ਮੈਂ ਇੱਕ ਸ਼ੇਅਰ ਕਹਿ ਕੇ ਸਮਾਪਤੀ ਕਰਦਾ। ਸਾਧ ਸੰਗਤ, ਬੜਾ ਸਹਿਯੋਗ ਹੈ, ਬੜਾ ਯੋਗਦਾਨ ਹੈ ਆਪ ਸੰਗਤਾਂ ਦਾ, ਔਰ ਸਾਨੂੰ ਮਾਣ ਹੈ ਕਿਉਂਕਿ ਸਾਡੇ ਨਾਨਕੇ, ਸਾਡਾ ਪੇਕਾ ਰਾਜਸਥਾਨ ਚ, ਪੰਜਾਬ ਦੇ ਵਿੱਚ ਹੈ। ਜਿਸ ਬੀਬੀ ਦੇ ਪੇਕੇ ਤਕੜੇ ਹੋਣ ਉਹਨੂੰ ਕਿਸੇ ਪ੍ਰਕਾਰ ਦਾ ਭੈ ਨਹੀਂ ਹੁੰਦਾ। ਸਾਨੂੰ ਬੜਾ ਮਾਣ ਹੈ ਸਾਡੇ ਸਿੰਘ ਸਾਹਿਬਾਨਾਂ ਤੇ, ਜਿਨ੍ਹਾਂ ਨੇ ਜਦੋਂ ਵੀ ਅਸੀਂ ਆਵਾਜ਼ ਮਾਰੀ, ਜਦੋਂ ਵੀ ਰਾਜਸਥਾਨ ਦੇ ਸਿੱਖਾਂ ਨੂੰ ਲੋੜ ਪਈ ਤੇ ਸਾਡੀ ਇਹਨਾਂ ਸਿੰਘਾਂ ਨੇ
ਬਾਂਹ ਫੜੀ ਹੈ ਜਾ ਕੇ ਸਾਡਾ ਪੂਰਾ ਸਹਿਯੋਗ ਦਿੱਤਾ ਹੈ, ਚਾਹੇ ਉਹ ਢਾਬਾਂ ਦੇ ਵਿੱਚ ਮਸਲਾ ਹੋਵੇ ਡੇਰੇ ਵਾਲੇ ਦੇ ਖਿਲਾਫ, ਚਾਹੇ ਬੂਧਰ ਵਾਲੀ ਹੋਵੇ, ਚਾਹੇ ਪੀਲੀ ਮੰਗਾਂ ਹੋਵੇ, ਉੱਥੇ ਵੀ ਸਾਡਾ ਬੜਾ ਸਿੰਘ ਸਾਹਿਬਾਨਾਂ ਨੇ ਸਹਿਯੋਗ ਦਿੱਤਾ ਹੈ। ਭਾਈ ਬਲਜੀਤ ਸਿੰਘ ਦਾਦੂਵਾਲ ਸਾਹਿਬ ਨੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਭਾਈ ਜਸਕਰਨ ਸਿੰਘ ਜੀ ਦਾ, ਇਹਨਾਂ ਦਾ ਵੀ ਬੜਾ ਰਾਜਸਥਾਨ ਦੇ ਵਿੱਚ ਯੋਗਦਾਨ ਹੈ। ਸੋ ਇੱਕ ਸ਼ੇਰ ਕਹਿ ਕੇ ਸਮਾਪਤੀ ਹੈ, ਸਾਧ ਸੰਗਤ ਕਿਸੇ ਕਵੀ ਨੇ ਦੋ ਲਾਈਨਾਂ ਲਿਖੀਆਂ, ਉਹਦੇ ਵਿੱਚ ਦੋ ਕੁ ਲਾਈਨਾਂ ਮੈਂ ਐਡ ਕੀਤੀਆਂ ਨੇ। ਉਹ ਕਹਿੰਦਾ, ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਪਿਆਰ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ, ਸਾਨੂੰ ਜ਼ਾਲਮਾਂ ਨੇ ਬੜੇ ਦੁੱਖ ਦਿੱਤੇ, ਸਾਨੂੰ ਭੁੰਨਿਆਂ ਵਾਂਗਰ ਛੱਲੀਆਂ ਨੇ, ਜਿਨ੍ਹਾਂ ਸਰਕਾਰਾਂ ਨੇ ਖਾਲਸੇ ਨਾਲ ਲਏ ਪੰਗੇ ਉਹ ਸਿੰਘਾਂ ਨੇ ਮੈਦਾਨੋਂ ਦਵੱਲੀਆਂ ਨੇ, ਉਹ ਸਿਰ ਦੇ ਕੇ ਰੱਖੀ ਹੈ ਕੌਮ ਜਿਉਂਦੀ। ਕਿਤੇ ਭੁਲੇਖਾ ਨਾ ਖਾ ਜੇ ਕੋਈ ਵੀ ਸ਼ਾਇਦ ਕਿਸੇ ਚਰਖੇ ਨਾਲ ਆਜ਼ਾਦੀ ਆ ਗਈ ਜਾਂ ਕਿਸੇ ਹੋਰ ਚੀਜ਼ ਨਾਲ ਆ ਗਈ, ਸਿਰ ਦੇ ਕੇ ਰੱਖੀ ਹੈ ਕੌਮ ਜਿਉਂਦੀ, ਕੁਝ ਨਹੀਂ ਕੀਤਾ ਇਹ ਸੰਖ ਤੇ ਟੱਲੀਆਂ ਨੇ। ਖਾਲਸਾ ਜੀ, ਆਪਾਂ ਨੂੰ ਉੱਠਣਾ ਪੈਣਾ, ਆਪਾਂ ਨੂੰ ਹੱਕ ਆਪਣੇ ਆਪ ਲੈਣੇ ਪੈਣੇ ਹੈ, ਆਪਾਂ ਨੂੰ ਫੈਸਲੇ ਆਪ ਕਰਨੇ ਪੈਣੇ ਆ। ਸੋ ਮੈਂ ਬਹੁਤ ਧੰਨਵਾਦ ਕਰਦਾ ਸਟੇਜ ਤੇ ਸਾਨੂੰ ਸਮਾਂ ਦਿੱਤਾ, ਸੰਗਤਾਂ ਨੇ ਦਰਸ਼ਨ ਕਰਾਏ। ਸੋ ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬਾਨਾਂ ਦਾ, ਭਾਈ ਸਾਹਿਬ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।